ਇੰਨੀ ਗਰਮੀ ਤੇ ਹੱਬਸ ਦੇ ਵਿੱਚ ਬਾਈ ਦੀ ਸ਼ਾਦੀ ਹੈ। ਸ਼ੋਪਿੰਗ ਵਾਸਤੇ ਤਨਵਿਸ਼ਵੇਲ ਵਾਸਤੇ ਕਰਵਾਈ ਰਾਈਡ, ਕਿਉਂਕਿ ਬੱਚੇ ਮਾਸ਼ਾਅੱਲਾ ਵੱਡੇ ਨੇ, ਇੱਕ ਬਾਈਕ ਤੇ ਬੈਠ ਕੇ ਨਹੀਂ ਜਾ ਸਕਦੇ। ਕਦੀ ਬੱਚੇ ਕਹਿੰਦੇ ਸੀ ਬਲੈਕ ਲੈਣਾ, ਕਦੀ ਬੱਚੇ ਕਹਿੰਦੇ ਸੀ ਬਿਲੂ ਲੈਣਾ। ਖੈਰ ਬੱਚੇ ਵੀ ਡਬਲ ਮਾਈਂਡਿਡ ਸੀ, ਜਿੱਧਰ ਮਾਂ ਲਾਉਂਦੀ ਸੀ ਉੱਧਰ ਲੱਗ ਜਾਂਦੇ ਸੀ, ਜਿੱਧਰ ਪਿਓ ਲਾਉਂਦਾ ਸੀ ਉੱਧਰ ਲੱਗ ਜਾਂਦੇ ਸੀ, ਅਤੇ ਜਿੱਧਰ ਦੁਕਾਨਦਾਰ ਲਾਉਂਦਾ ਸੀ ਉੱਥੇ ਫਿਰ ਸਾਰਾ ਟੱਬਰ ਹੀ ਲੱਗ ਜਾਂਦਾ ਸੀ, ਕਿਉਂਕਿ ਦੁਕਾਨਦਾਰਾਂ ਨੂੰ ਬੜਾ ਅੱਛੀ ਤਰੀਕੇ ਨਾਲ ਕਸਟਮਰ ਨੂੰ ਡੀਲ ਕਰਨ ਦਾ ਹੁਨਰ ਹੁੰਦਾ ਹੈ। ਖੈਰ ਦੇ ਨਾਲ ਫਿਰ ਬੱਚਿਆਂ ਨੇ ਆਪਣੀ ਆਪਣੀ ਪਸੰਦ ਦੇ ਉੱਥੇ ਪੈਂਟ ਕੋਟ ਪਸੰਦ ਕੀਤੇ। ਮੀਆਂ ਜੀ ਨੂੰ ਮੈਂ ਆਖਿਆ ਤੁਸੀਂ ਵੀ ਪੈਂਟ ਕੋਟ ਲੈ ਲਵੋ ਜਾਂ ਫਿਰ ਖਾਲੀ ਕੋਟ ਲੈ ਲਵੋ, ਲੇਕਿਨ ਆਪਣੇ ਵਾਸਤੇ ਲਾਜ਼ਮੀ ਕੁਛ ਨਾ ਕੁਛ ਲੈ ਲਵੋ। ਬੀਬੀਆਂ ਮੇਰੇ ਵਰਗੀਆਂ ਹੁੰਦੀਆਂ ਨੇ ਜਿਹੜੀਆਂ ਆਪਣੇ ਬੰਦੇ ਦੀਆਂ ਮਾਵਾਂ ਬਣ ਜਾਂਦੀਆਂ ਨੇ, ਜਿਵੇਂ ਮਾਵਾਂ ਨੂੰ ਫਿਰ ਪੁੱਤਰਾਂ ਦਾ ਫਿਕਰ ਹੁੰਦਾ, ਇਸ ਲਈ ਕੁਛ ਬੀਬੀਆਂ ਨੂੰ ਆਪਣੇ ਬੰਦਿਆਂ ਦਾ ਫਿਕਰ ਹੁੰਦਾ ਕਿ ਮੇਰੇ ਬੰਦੇ ਦੀ ਵੀ ਹਰ ਚੀਜ਼ ਰੈਡੀ ਕੰਪਲੀਟ ਹੋ ਜਾਵੇ। ਤਿੰਨਾਂ ਪਿਓ ਪੁੱਤਰਾਂ ਦੇ ਪੈਂਟ ਕੋਟ ਓਕੇ ਫਾਈਨਲ ਡਨ ਰੇਟ ਕਰਾ ਕੇ ਫਿਰ ਅਸੀਂ ਲੀਮੂ ਪਾਣੀ ਪੀਤਾ, ਤੇ ਲੀਮੂ ਪਾਣੀ ਨੂੰ ਅਸੀਂ ਮੌਸਮ ਦੇ ਨਾਲ ਇੰਜੋਏ ਕੀਤਾ। ਬਿਸਮਿਲ੍ਲਾਹਿਰਰਹਿਮਾਨਿਰਰਹੀਮ, ਅਸਲਾਮ ਅਲੈਕੁਮ। ਹਾਂਜੀ, ਕੀ ਹਾਲ ਹੈ ਤੁਹਾਡੇ ਸਾਰਿਆਂ ਦੇ? ਤਬਿਸ਼ਤਾਂ, ਸਿਹਤਾਂ, ਨਿਜਤਾਂ ਸਭ ਠੀਕ ਠਾਕ ਹੈ? ਕੁਝ ਮਾਰਿਆਂ ਭੁੱਖਾਂ ਅਤੇ ਕੁਛ ਮਾਰਿਆਂ ਦੁੱਖਾਂ, ਲੋਏ ਲੈਲਣ ਤੋਂ ਪਤੀਸਾ, ਸੁੱਕੀਆਂ ਰੋਟੀਆਂ ਤੋਂ ਪਤੀਸਾ। ਅਜੇ ਵਾਲਾ ਸਾਥ ਸਾਡੇ ਨਾਲ ਹੈ। ਇੰਨੀ ਗਰਮੀ ਅਤੇ ਹੱਬਸ ਦੇ ਵਿੱਚ ਬਾਈ ਦੀ ਸ਼ਾਦੀ ਹੈ। ਗਰਮੀ ਅਤੇ ਹੱਬਸ ਦੀ ਵਈਆਂ ਤੋਂ ਕਈਆਂ ਬੱਚਿਆਂ ਨੂੰ ਸਕੂਲਾਂ ਵਿੱਚੋਂ ਛੁੱਟੀਆਂ ਨੇ, ਅਤੇ ਮੇਰੇ ਮਾਸ਼ਾਅੱਲਾ ਬੱਚੇ ਮਦਰੱਸੇ ਜਾਂਦੇ ਨੇ, ਰੂਟੀਨ ਇਸ ਲਈ ਡਿਸਟਰਬ ਹੈ। ਪਰ ਆਪਣੇ ਘਰ ਦੇ ਖਾਣ ਪੀਣ ਨੂੰ ਅਤੇ ਬੱਚਿਆਂ ਦੀ ਰੂਟੀਨ ਨੂੰ ਮੱਦੇਨਜ਼ਰ ਰੱਖਦੇ ਹੋਏ ਡੇਲੀ ਥੋੜ੍ਹਾ ਬਹੁਤ ਟਾਈਮ ਨਿਕਾਲ ਕੇ ਸਾਨੂੰ ਸ਼ੋਪਿੰਗ ਵਾਸਤੇ ਜਾਣਾ ਪੈਂਦਾ ਹੈ। ਸ਼ੋਪਿੰਗ ਵਾਸਤੇ ਤਨਵਿਸ਼ਵੇਲ ਵਾਸਤੇ ਕਰਵਾਈ ਰਾਈਡ, ਕਿਉਂਕਿ ਬੱਚੇ ਮਾਸ਼ਾਅੱਲਾ ਵੱਡੇ ਨੇ, ਇੱਕ ਬਾਈਕ 'ਤੇ ਬੈਠ ਕੇ ਨਹੀਂ ਜਾ ਸਕਦੇ। ਬਸ ਫਿਰ ਅਸੀਂ ਰਾਈਡ ਵਾਲੇ ਨੂੰ ਆਖਿਆ ਕਿ ਬਾਈ ਜਾਂ ਤਾਂ ਤੂੰ ਸਾਡੇ ਨਾਲ ਨਾਲ ਰਹਿਣਾ, ਜਾਂ ਸਾਡੇ ਤੋਂ ਦੋ ਕਦਮ ਅੱਗੇ ਅਤੇ ਦੋ ਕਦਮ ਪਿੱਛੇ ਰਹਿਣਾ, ਗਾਇਬ ਨਾ ਹੋਈਆਂ ਵੀ। ਮੌਸਮ ਅੱਛਾ ਸੀ, ਰਸਤੇ ਦੇ ਵਿੱਚ ਮੌਸਮ ਨੂੰ ਇੰਜੋਏ ਕਰਦੇ ਅਤੇ ਵਲੋਗ ਬਣਾਉਂਦੇ ਬਣਾਉਂਦੇ ਗੱਲਾਂ ਬਾਤਾਂ ਕਰਦੇ, ਬੱਚਿਆਂ ਦੇ ਉੱਤੇ ਨਜ਼ਰ ਰੱਖਦੇ ਰਖਾਉਂਦੇ, ਕਿਉਂਕਿ ਬੱਚੇ ਰਾਈਡ ਵਾਲੇ ਨਾਲ ਸੀ ਅਤੇ ਅਸੀਂ ਲੈਦਾ ਬਾਈਕ 'ਤੇ ਸੀ। ਕਦੀ ਬਾਈਕ ਅੱਗੇ ਚਲੀ ਜਾਂਦੀ ਸੀ, ਕਦੀ ਬਾਈਕ ਪਿੱਛੇ ਰਹਿ ਜਾਂਦੀ ਸੀ। ਖੈਰ ਦੇ ਨਾਲ ਅਸੀਂ ਮਾਰਕੀਟ ਪਹੁੰਚੇ। ਮਾਰਕੀਟ ਪਹੁੰਚਦੇ ਸਾਥ ਅਸੀਂ ਜਿਸ ਦੁਕਾਨ ਤੋਂ ਪੈਂਟ ਕੋਟ ਲੈਣੇ ਸੀ, ਫਿਰ ਅਸੀਂ ਉਸ ਦੁਕਾਨ 'ਤੇ ਪਹੁੰਚੇ। ਉੱਥੇ ਅਸਲਾਮ ਵਾਲੇਕਮ ਅਤੇ ਵਾਲੇਕਮ ਸਲਾਮ ਕਰਕੇ ਅਸੀਂ ਬੱਚਿਆਂ ਨੂੰ ਉਹਨਾਂ ਦੀ ਪਸੰਦ ਦੇ ਕੋਟ ਪਸੰਦ ਕਰਵਾਏ। ਕਦੀ ਬੱਚੇ ਕਹਿੰਦੇ ਸੀ ਬਲੈਕ ਲੈਣਾ, ਕਦੀ ਬੱਚੇ ਕਹਿੰਦੇ ਸੀ ਬਿਲੂ ਲੈਣਾ। ਖੈਰ ਬੱਚੇ ਵੀ ਡਬਲ ਮਾਈਂਡਿਡ ਸੀ, ਜਿੱਧਰ ਮਾਂ ਲਾਉਂਦੀ ਸੀ ਉੱਧਰ ਲੱਗ ਜਾਂਦੇ ਸੀ, ਜਿੱਧਰ ਪਿਓ ਲਾਉਂਦਾ ਸੀ ਉੱਧਰ ਲੱਗ ਜਾਂਦੇ ਸੀ, ਅਤੇ ਜਿੱਧਰ ਦੁਕਾਨਦਾਰ ਲਾਉਂਦਾ ਸੀ ਉੱਥੇ ਫਿਰ ਸਾਰਾ ਟੱਬਰ ਹੀ ਲੱਗ ਜਾਂਦਾ ਸੀ, ਕਿਉਂਕਿ ਦੁਕਾਨਦਾਰਾਂ ਨੂੰ ਬੜਾ ਅੱਛੀ ਤਰੀਕੇ ਨਾਲ ਕਸਟਮਰ ਨੂੰ ਡੀਲ ਕਰਨ ਦਾ ਹੁਨਰ ਹੁੰਦਾ ਹੈ। ਕਿਸ ਤਰ੍ਹਾਂ ਕਸਟਮਰ ਨੂੰ ਪਾਗਲ ਬਣਾਉਣਾ ਹੈ ਅਤੇ ਇਹਨੂੰ ਗੱਲਾਂ ਵਿੱਚ ਲਾਉਣਾ ਹੈ। ਖੈਰ ਦੇ ਨਾਲ ਫਿਰ ਬੱਚਿਆਂ ਨੇ ਆਪਣੀ ਆਪਣੀ ਪਸੰਦ ਦੇ ਉੱਥੇ ਪੈਂਟ ਕੋਟ ਪਸੰਦ ਕੀਤੇ। ਮੀਆਂ ਜੀ ਨੂੰ ਮੈਂ ਆਖਿਆ ਤੁਸੀਂ ਵੀ ਪੈਂਟ ਕੋਟ ਲੈ ਲਵੋ ਜਾਂ ਫਿਰ ਖਾਲੀ ਕੋਟ ਲੈ ਲਵੋ, ਲੇਕਿਨ ਆਪਣੇ ਵਾਸਤੇ ਲਾਜ਼ਮੀ ਕੁਛ ਨਾ ਕੁਛ ਲੈ ਲਵੋ, ਕਿਉਂਕਿ ਹਰ ਮਾਂ ਬਾਪ ਨੂੰ ਫਿਕਰ ਹੁੰਦਾ ਸਾਡੇ ਬੱਚਿਆਂ ਦੀ ਪਹਿਲੇ ਸ਼ੋਪਿੰਗ ਹੋਈ ਜਾਵੇ, ਸਾਡੀ ਬਾਅਦ ਵਿੱਚ ਹੋਵੇ, ਲੇਕਿਨ ਕੁਛ ਬੀਬੀਆਂ ਮੇਰੇ ਵਰਗੀਆਂ ਹੁੰਦੀਆਂ ਨੇ ਜਿਹੜੀਆਂ ਆਪਣੇ ਬੰਦੇ ਦੀਆਂ ਮਾਵਾਂ ਬਣ ਜਾਂਦੀਆਂ ਨੇ, ਜਿਵੇਂ ਮਾਵਾਂ ਨੂੰ ਫਿਰ ਪੁੱਤਰਾਂ ਦਾ ਫਿਕਰ ਹੁੰਦਾ, ਇਸ ਲਈ ਕੁਛ ਬੀਬੀਆਂ ਨੂੰ ਆਪਣੇ ਬੰਦਿਆਂ ਦਾ ਫਿਕਰ ਹੁੰਦਾ ਕਿ ਮੇਰੇ ਬੰਦੇ ਦੀ ਵੀ ਹਰ ਚੀਜ਼ ਰੈਡੀ ਕੰਪਲੀਟ ਹੋ ਜਾਵੇ। ਮੀਆਂ ਜੀ ਦੇ ਨਾਂ ਨਾ ਕਰਦੇ ਵੀ ਫਿਰ ਅਸੀਂ ਉਹਨਾਂ ਨੂੰ ਪੈਂਟ ਕੋਟ ਵਾਸਤੇ ਮਨਾਇਆ, ਅਤੇ ਮੀਆਂ ਜੀ ਨੇ ਵੀ ਆਪਣੇ ਵਾਸਤੇ ਪੈਂਟ ਕੋਟ ਪਸੰਦ ਕਰ ਦਿੱਤਾ। ਫਿਰ ਸਾਈਜ਼ ਵਗੈਰਾ ਸਭ ਕੁਛ ਓਕੇ ਕੀਤਾ। ਉਸ ਤੋਂ ਪਹਿਲੇ ਅਸੀਂ ਰੇਟ ਫਾਈਨਲ ਕੀਤਾ, ਕਿਉਂਕਿ ਮਾਸ਼ਾਅੱਲਾ ਦੁਕਾਨਦਾਰ ਤਾਂ ਬਹੁਤ ਜ਼ਿਆਦਾ ਰੇਟ ਮੰਗਦੇ ਨੇ, ਅਤੇ ਫਿਰ ਕੁਛ ਦੁਕਾਨਦਾਰ ਬਹੁਤ ਅੱਛੇ ਹੁੰਦੇ ਨੇ ਜਿਹੜੇ ਕਾਫੀ ਜ਼ਿਆਦਾ ਡਿਸਕਾਊਂਟ ਕਰ ਲੈਂਦੇ ਨੇ, ਅਤੇ ਕੁਛ ਦੁਕਾਨਦਾਰ ਲੋਹੇ ਦੇ ਮੂੰਹ ਵਾਲੇ ਹੁੰਦੇ ਨੇ ਜਿਹੜੇ ਕਹਿੰਦੇ ਨੇ ਜੋਰਾਨੇ ਨੇ ਕਹਿ ਦਿੱਤਾ, ਬਸ ਕਹਿ ਦਿੱਤਾ। ਇਸ ਦੁਕਾਨ ਵਾਲਿਆਂ ਨੇ ਸਾਨੂੰ ਬਹੁਤ ਅੱਛੇ ਤਰੀਕੇ ਨਾਲ ਡੀਲ ਕੀਤਾ, ਸਾਡੇ ਬੱਚਿਆਂ ਨੂੰ ਉਹਨਾਂ ਦੀ ਪਸੰਦ ਦੇ ਪੈਂਟ ਕੋਟ ਪਸੰਦ ਕਰਵਾ ਕੇ ਉਹਨਾਂ ਦਾ ਸਾਈਜ਼ ਵਗੈਰਾ ਲੈ ਕੇ ਫਿਰ ਓਕੇ ਕੀਤਾ। ਗਰਮੀ ਦੇ ਮੌਸਮ ਦੇ ਵਿੱਚ
ਸ਼ਾਦੀ ਰੱਖੀ ਗਈ ਹੈ, ਇਸ ਲਈ ਸਮਝ ਨਹੀਂ ਆਉਂਦੀ ਕਿਸ ਤਰ੍ਹਾਂ ਦੀ ਸ਼ੋਪਿੰਗ ਕਰੀਏ। ਘਰ ਦਾ ਫੰਕਸ਼ਨ ਹੈ, ਜ਼ਿਆਦਾ ਹੈਵੀ ਬਣਾਈਏ ਤਾਂ ਸਾਨੂੰ ਗਰਮੀ ਦਾ ਅਹਿਸਾਸ ਹੁੰਦਾ ਹੈ, ਲਾਈਟ ਬਣਾਈਏ ਤਾਂ ਸਾਨੂੰ ਘਰ ਦੇ ਫੰਕਸ਼ਨ ਦਾ ਅਹਿਸਾਸ ਹੁੰਦਾ ਹੈ ਕਿ ਨਹੀਂ ਜੀ ਘਰ ਦਾ ਫੰਕਸ਼ਨ ਹੈ, ਹੈਵੀ ਕੱਪੜੇ ਹੋਣੇ ਚਾਹੀਦੇ ਨੇ। ਕਾਫੀ ਲੋਕਾਂ ਦਾ ਮਾਇੰਡ ਸੀ ਕਿ ਪੈਂਟ ਕੋਟ ਨਾ ਬਣਵਾਓ, ਗਰਮੀ ਹੈ, ਫਲਾਣ ਢੀਂਗ, ਲੇਕਿਨ ਬੱਚੇ ਕਹਿੰਦੇ ਸੀ ਕਿ ਮਾਮੂ ਕੀ ਸ਼ਾਦੀ ਹੈ, ਅਸੀਂ ਵਲੀਮੇ 'ਤੇ ਪੈਂਟ ਕੋਟ ਪਾਉਣਾ। ਫਿਰ ਅਸੀਂ ਮੀਆਂ ਜੀ ਦਾ ਵੀ ਜ਼ਿਹਨ ਬਣਾ ਦਿੱਤਾ ਕਿ ਤੁਸੀਂ ਵੀ ਬੱਚਿਆਂ ਦੇ ਨਾਲ ਇੱਕੋ ਵਰਗੀ ਡਰੈਸਿੰਗ ਕਰ ਲਵੋ। ਗਰਮੀ ਵਾਲੇ ਮੌਸਮ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਪਾਣੀ ਦੀ ਡਿਮਾਂਡ ਕੀਤੀ ਅਤੇ ਫਿਰ ਸਾਡੇ ਵਾਸਤੇ ਲੀਮੂ ਪਾਣੀ ਮੰਗਵਾ ਕੇ ਸਾਡੇ ਅੱਗੇ ਰੱਖ ਦਿੱਤਾ ਗਿਆ, ਲੇਕਿਨ ਅਸੀਂ ਆਖਿਆ ਪਹਿਲੇ ਕੋਟ ਵਗੈਰਾ ਪਸੰਦ ਕਰ ਲਈਏ, ਓਕੇ ਕਰ ਲਈਏ, ਡਨ ਕਰ ਲਈਏ, ਫਿਰ ਅਸੀਂ ਤੁਹਾਡਾ ਲੀਮੂ ਪਾਣੀ ਪੀਵਾਂਗੇ ਤਾਂ ਕਿ ਅਸੀਂ ਪਾਣੀ ਹਰਾਮ ਨਾ ਕਰੀਏ। ਤਿੰਨਾਂ ਪਿਓ ਪੁੱਤਰਾਂ ਦੇ ਪੈਂਟ ਕੋਟ ਓਕੇ ਫਾਈਨਲ ਡਨ ਰੇਟ ਕਰਾ ਕੇ ਫਿਰ ਅਸੀਂ ਲੀਮੂ ਪਾਣੀ ਪੀਤਾ ਅਤੇ ਲੀਮੂ ਪਾਣੀ ਨੂੰ ਅਸੀਂ ਮੌਸਮ ਦੇ ਨਾਲ ਇੰਜੋਏ ਕੀਤਾ। ਨਾਲ ਨਾਲ ਸ਼ੋਪਿੰਗ ਅਤੇ ਨਾਲ ਨਾਲ ਵਲੋਗ ਨੂੰ ਮੈਂ ਬਣਾਇਆ। ਫਿਰ ਅਸੀਂ ਕੁਛ ਪੇਮੈਂਟ ਪੇ ਕਰਕੇ ਅਤੇ ਮਾਰਕੀਟ ਨੂੰ ਅੱਲਾ ਹਾਫਿਜ਼ ਕੀਤਾ। ਤਾਂ ਜਦੋਂ ਅਸੀਂ ਦੁਕਾਨ ਵਿੱਚੋਂ ਬਾਹਰ ਨਿਕਲੇ ਤਾਂ ਮਾਸ਼ਾਅੱਲਾ ਮੌਸਮ ਬਹੁਤ ਹੀ ਜ਼ਿਆਦਾ ਅੱਛਾ ਸੀ, ਅੱਛਾ ਵੀ ਸੀ ਅਤੇ ਪਿਆਰਾ ਵੀ ਸੀ। ਫਿਰ ਅਸੀਂ ਖੂਬ ਮੌਸਮ ਨੂੰ ਇੰਜੋਏ ਕੀਤਾ, ਵਲੋਗ ਬਣਾਇਆ, ਸ਼ੋਟ ਲਿੱਤੇ। ਬਾਈਕ 'ਤੇ ਬੈਠ ਕੇ ਵਲੋਗ ਬਣਾਉਣਾ ਬੜਾ ਮੁਸ਼ਕਲ ਕੰਮ ਹੈ, ਕਿਉਂਕਿ ਜਿੰਨੀ ਤੇਜ਼ ਹਵਾ ਅਤੇ ਹਨੇਰੀ ਚੱਲਦੀ ਵੀ ਸੀ, ਮੈਨੂੰ ਮੋਬਾਈਲ ਦੇ ਡਿੱਗਣ ਦਾ ਵੀ ਡਰ ਸੀ ਅਤੇ ਆਪਣੇ ਬੁਰਖੇ ਦੇ ਉੱਡਣ ਦਾ ਵੀ ਡਰ ਸੀ, ਕਿਉਂਕਿ ਮੇਰਾ ਨਿਕਾਬ ਵਾਰ ਵਾਰ ਮੇਰੀਆਂ ਅੱਖਾਂ ਦੇ ਅੱਗੇ ਆ ਜਾਂਦਾ ਸੀ। ਮੇਰੇ ਵਾਸਤੇ ਵਲੋਗ ਬਣਾਉਣਾ ਵੀ ਬੜਾ ਮੁਸ਼ਕਲ ਸੀ, ਲੇਕਿਨ ਮੈਂ ਆਖਿਆ ਕੋਈ ਗੱਲ ਨਹੀਂ, ਖੂਬ ਮੌਸਮ ਨੂੰ ਇੰਜੋਏ ਕਰਕੇ। ਅਤੇ ਫਿਰ ਸਾਨੂੰ ਅਹਿਸਾਸ ਹੋਇਆ ਕਿ ਅੱਲਾ ਜੀ, ਅੱਲਾ ਜੀ, ਅੱਲਾ ਜੀ, ਸਾਨੂੰ ਵੀ ਗੱਡੀ ਦੇ ਦਿਓ, ਕਿਉਂਕਿ ਬਾਈਕ 'ਤੇ ਬੈਠ ਕੇ ਵਲੋਗ ਬਣਾਉਣਾ ਬਹੁਤ ਮੁਸ਼ਕਲ ਕੰਮ ਹੈ, ਕਿਉਂਕਿ ਬਾਰ ਬਾਰ ਅੱਖਾਂ ਦੇ ਵਿੱਚ ਘੱਟਾ ਮਿੱਟੀ ਜਾਂਦਾ ਸੀ ਅਤੇ ਫਿਰ ਬਾਈਕ ਚਲਾਉਣਾ ਉਸ ਤੋਂ ਵੀ ਮੁਸ਼ਕਲ ਕੰਮ, ਕਿਉਂਕਿ ਬਾਰ ਬਾਰ ਜਦੋਂ ਅੱਖਾਂ ਦੇ ਵਿੱਚ ਹਨੇਰਾ ਘੱਟਾ ਮਿੱਟੀ ਜਾਂਦਾ ਸੀ ਫਿਰ ਬਾਈਕ ਚਲਾਉਣੀ ਮੁਸ਼ਕਲ ਹੋ ਜਾਂਦੀ ਸੀ। ਇਸ ਲਈ ਅਸੀਂ ਰਸਤੇ ਦੇ ਵਿੱਚ ਸਟੇਅ ਕਰਕੇ ਆਪਣਾ ਸਫ਼ਰ ਤੈਅ ਕੀਤਾ। ਹਨੇਰੀ ਦੇ ਵਿੱਚ ਉੱਡਣ ਵਾਲੇ ਛਾਪਰਾਂ ਨੇ ਅਤੇ ਰੈਪਰਾਂ ਨੇ ਮੇਰੇ ਪੈਰਾਂ ਨੂੰ ਜੱਫਾ ਪਾ ਲਿੱਤਾ। ਖੈਰ ਦੇ ਨਾਲ ਅੱਜ ਦਾ ਵਲੋਗ ਅਸੀਂ ਐਂਡ ਕੀਤਾ। ਇਨਸ਼ਾਅੱਲਾ ਜ਼ਿੰਦਗੀ ਲਈ ਦੁਬਾਰਾ ਕਿਸੇ ਹੋਰ ਵਲੋਗ ਦੇ ਨਾਲ ਹਾਜ਼ਰ ਹੋਵਾਂਗੇ। ਆਪਣਾ ਬਹੁਤ ਸਾਰਾ ਖਿਆਲ ਰੱਖੋ, ਦੁਆਵਾਂ ਵਿੱਚ ਯਾਦ ਰੱਖੋ। ਅੱਲਾ ਹਾਫਿਜ਼।